ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਅਲੈਕੁਮ ਆਦਾਬ ਅਰਜ਼ ਮਹਾਂ ਤੁਹਾਡੀ ਹੋਸਟ ਅਨਿਰ ਮੁਖਰਤ ਮੈਂ ਚੀਵੀ ਰਿਪੋਰਟ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਨਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਆਏ ਦੇ ਅਹਿਮ ਇਸ਼ੂਸ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਅੱਜ 26 ਜੁਲਾਈ 2022 11 ਸਾਵਨ ਨਾਨਕਸ਼ਾਹੀ ਸੰਮਤ 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ਼ ਤੇ ਪਹਿਰਾ ਦਿੰਦਾ ਇੱਕੋ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਸਿਨ ਕੇਬਲ ਬੈਲਫਰ ਪੁਲਿੰਗ ਕੈਨੇਡਾ ਰੁਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈ ਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ ਯੂਟਿਊਬ ਤੇ ਸਬਸਕ੍ਰਾਈਬ ਕਰੋ ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 hours ਦੇਖ ਸਕਦੇ ਹੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪੋਂਸਰਸ਼ਿਪ ਦੇ ਹਵਾਲੇ ਨਾਲ ਉਸ ਵਿੱਚ ਜਿਸ ਤਰ੍ਹਾਂ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪੋਂਸਰ ਕੀਤਾ ਗਿਆ ਹੈ ਸਿਆਟਲ ਤੋਂ ਸਰਦਾਰ ਕੁਲਵਿੰਦਰ ਸਿੰਘ ਜੀ ਹੋਰਾਂ ਵੱਲੋਂ ਸੋ ਕੁਲਵਿੰਦਰ ਸਿੰਘ ਹੋਰਾਂ ਦੇ ਸਮੁੱਚੇ ਪਰਿਵਾਰ ਅਤੇ ਉਹਨਾਂ ਦੇ ਕਾਰੋਬਾਰ ਆਪਣਾ ਫੁਰਟਿਕਾਨਾ ਦੀ ਸਮੁੱਚੀ ਟੀਮ ਨੇ ਜਿਹੜੀ ਸਮੁੱਚੀ ਸਿੱਖ ਸੰਗਤ ਨੇ ਮੀਰੀ ਪੀਰੀ ਦਿਵਸ ਦੀ ਵਧਾਈ ਦਿੱਤੀ ਹੈ ਔਰ ਮੀਰੀ ਪੀਰੀ ਦਿਵਸ ਪਾਸ਼ਾਏ 6ਵੀਂ ਨੂੰ ਸਮਰਪਿਤ ਨਗਰ ਕੀਰਤਨ ਲੰਘੇ ਐਤਵਾਰ ਸਿਆਟਲ ਦੇ ਸ਼ੋਵੇਅਰ ਸੈਂਟਰ ਵਿਖੇ ਕੱਢਿਆ ਗਿਆ ਸੀ ਔਰ ਟੀ ਵੀ 84 ਨੇ ਇਸ ਨੂੰ ਲਾਈਵ ਵੀ ਕਵਰ ਕੀਤਾ ਸੀ ਸੋ ਅੱਜ ਦੀ ਸਪੋਂਸਰਸ਼ਿਪ ਲਈ ਅਸੀਂ ਸਰਦਾਰ ਕੁਲਵਿੰਦਰ ਸਿੰਘ ਜੀ ਅਤੇ ਉਹਨਾਂ ਦੀ ਜਿਹੜੇ ਫਰੂਟੀਕਾਨਾ ਦੀ ਸਮੁੱਚੀ ਟੀਮ ਦਾ ਤੈਅ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਅਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪੋਂਸਰ ਕਰੋ ਸਪੋਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ 'ਤੇ 5166619184 ਸੇਮ ਨੰਬਰ 'ਤੇ ਵਟਸਐਪ ਕਰ ਸਕਦੇ ਹੋ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਇਨਫੋ ਐਟ ਟੀਵੀ 84.tv 'ਤੇ ਸੋ ਵਿਊਅਰਸ ਪਹਿਲੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸਿੱਖ ਡੇ ਪਰੇਡ ਦੇ ਹਵਾਲੇ ਨਾਲ ਜੜੀ ਕੇ ਵਾਸ਼ਿੰਗਟਨ ਸਟੇਟ ਦੇ ਪ੍ਰਮੁੱਖ ਸ਼ਹਿਰ ਸਿਆਟਲ ਵਿੱਚ ਮੀਰੀ ਪੀਰੀ ਦਿਵਸ ਨੂੰ ਸਮਰਪਣ ਜਿਹੜੀ ਹੈ ਉਹ ਕੱਢੀ ਗਈ ਸੋ ਇਸ ਵਿੱਚ ਹਜ਼ਾਰਾਂ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਔਰ ਇਸ ਵਿੱਚ ਇਸ ਨਗਰ ਕੀਰਤਨ ਦੇ ਵਿੱਚ ਇਸ ਸਿੱਖ ਡੇ ਪਰੇਡ ਦੇ ਵਿੱਚ ਜਿਹੜੇ ਖਾਲਿਸਤਾਨ ਦੀਆਂ ਗੁੰਜਾਰਾਂ ਵੀ ਪਈਆਂ ਔਰ ਟੀ ਵੀ 84 ਨੇ ਇਸ ਨੂੰ ਲਾਈਵ ਕਵਰ ਕੀਤਾ ਸੀ ਸੋ ਇਸ ਦੇ ਬਾਵਜੂਦ ਫਿਰ ਵੀ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਇਸ ਪਰੇਡ ਸੰਬੰਧੀ ਆਪਾਂ ਵਿਚਾਰ ਜਾਣਦੇ ਹਾਂ ਸੋ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਵਿਊਰਸ ਤੋਂ ਮਾਫ਼ੀ ਚਾਹੁੰਦੇ ਹਾਂ ਕਿ ਅਸੀਂ ਫਰਾਈਡੇ ਵੀ ਔਰ ਮੰਡੇ ਵੀ ਦੋ ਪ੍ਰੋਗਰਾਮ ਨਹੀਂ ਕਰ ਸਕੇ ਜੀ ਬੇਸ਼ੱਕ ਅਸੀਂ ਇਹ ਅਨਾਊਂਸ ਨਹੀਂ ਸੀ ਕੀਤਾ ਪਰ ਇਹ ਪਹਿਲਾਂ ਤੋਂ ਪਲੈਨਡ ਸੀ ਕਿ ਸਿਆਟਲ ਜਿਹੜਾ ਕਿ ਵੈਸਟ ਕੋਸਟ ਦੇ ਵਿੱਚ ਇੱਕ ਵੱਡਾ ਸੈਂਟਰ ਹੈ ਜਿੱਥੇ ਸਿੱਖ ਪਾਪੂਲੇਸ਼ਨ ਕੈਲੀਫੋਰਨੀਆ ਨਿਊਯਾਰਕ ਤੋਂ ਬਾਅਦ ਤੀਸਰੇ ਨੰਬਰ 'ਤੇ ਹੈ ਲਗਭਗ 30,000 to 40,000 ਸਿੱਖ ਉੱਥੇ ਵੱਸਦੇ ਨੇ ਵਾਸ਼ਿੰਗਟਨ ਸਟੇਟ 'ਚ ਔਰ ਵਾਸ਼ਿੰਗਟਨ ਸਟੇਟ ਦਾ ਪ੍ਰਮੁੱਖ ਸ਼ਹਿਰ ਸਿਆਟਲ ਹੈ ਜਿੱਥੇ ਕਿ ਗੁਰਦੁਆਰਾ ਸਿੰਘ ਸਭਾ ਰੈਂਟਨ ਵੱਲੋਂ ਪਿਛਲੇ ਕੁਛ ਵਰ੍ਹਿਆਂ ਤੋਂ ਸਿੱਖ ਡੇ ਪੈਰੇਡ ਜਿਹੜੀ ਆਮ ਤੌਰ 'ਤੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਹੁੰਦੀ ਹੈ ਉਹ ਕੱਢੀ ਜਾਂਦੀ ਹੈ ਪਰ ਇਸ ਵਾਰ ਕਿਉਂਕਿ ਕੋਵਿਡ ਦੀਆਂ ਰੈਸਟ੍ਰਿਕਸ਼ਨਸ ਉੱਥੇ ਜ਼ਿਆਦਾ ਰਹੀਆਂ ਔਰ ਉਹਨਾਂ ਨੂੰ ਅਪ੍ਰੈਲ ਦੇ ਮਹੀਨੇ ਜਾਂ ਮਈ ਦੇ ਮਹੀਨੇ ਵੀ ਜੂਨ ਤੱਕ ਪਹੁੰਚਦਿਆਂ ਵੀ ਪਰਮਿਸ਼ਨ ਨਹੀਂ ਸੀ ਮਿਲੀ ਸੋ ਜੁਲਾਈ ਦੇ ਮਹੀਨੇ 'ਚ ਉਹਨਾਂ ਨੂੰ ਪਰਮਿਸ਼ਨ ਮਿਲੀ ਔਰ ਉਹਨਾਂ ਨੇ ਫੈਸਲਾ ਕੀਤਾ ਕਿ ਅਸੀਂ ਮੀਰੀ ਪੀਰੀ ਦਿਵਸ ਕਿਉਂਕਿ 2 ਜੁਲਾਈ ਦਾ ਦਿਨ ਜਿਹੜਾ ਉਹ ਮੀਰੀ ਪੀਰੀ ਦਿਵਸ ਵਜੋਂ ਜਾਂ ਕਿਉਂਕਿ ਦੋਨੋਂ ਦਿਨ ਜਿੱਥੇ ਅਕਾਲ ਤਖਤ ਸਾਹਿਬ ਦਾ ਸਿਰਜਣਾ ਦਿਵਸ ਜੁੜਦਾ 2 ਜੁਲਾਈ ਨਾਲ ਕੁਛ ਦਿਨਾਂ ਬਾਅਦ ਜਿਹੜਾ ਉਹ ਸ਼ਸਤਰ ਧਾਰਨ ਦਿਵਸ ਵੀ ਜਦੋਂ ਮੀਰੀ ਪੀਰੀ ਦੀਆਂ 2 ਤਲਵਾਰਾਂ 6ਵੇਂ ਪਾਤਸ਼ਾਹ ਨੇ ਪਹਿਨੀਆਂ ਸੋ ਉਹਨਾਂ ਨੇ ਫੈਸਲਾ ਕੀਤਾ ਕਿ ਇਸ ਵਾਰ ਦਾ ਨਗਰ ਕੀਰਤਨ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਹੋਏਗਾ ਸੋ 2019 ਦੀ ਪੈਰੇਡ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ 2020 ਔਰ 2021 'ਚ ਕੋਵਿਡ ਦਾ ਜ਼ੋਰ ਸੀ ਕਿਤੇ ਵੀ ਕੋਈ ਐਕਟੀਵਿਟੀ ਨਹੀਂ ਹੋਈ ਸੋ ਲਗਭਗ 3 ਸਾਲ ਬਾਅਦ ਹੀ ਇਹ ਪੈਰੇਡ ਹੋਈ ਔਰ ਸਿਆਟਲ ਜੇ ਬੇਸ਼ੱਕ ਸਭ ਤੋਂ ਵੱਡਾ ਇਕੱਠ ਅਮਰੀਕਾ ਦੇ ਵਿੱਚ ਯੂਬਾ ਸਿਟੀ ਹੁੰਦਾ ਹੈ ਨਵੰਬਰ ਦੇ ਪਹਿਲੇ ਹਫ਼ਤੇ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨੂੰ ਸਮਰਪਿਤ ਉਹ ਦਿਨ ਹੁੰਦਾ ਹੈ ਔਰ ਇੱਕ ਅੰਦਾਜ਼ੇ ਮੁਤਾਬਕ 1 ਲੱਖ ਤੋਂ ਜ਼ਿਆਦਾ ਸਿੱਖ ਸੰਗਤਾਂ ਦੀ ਸ਼ਮੂਲੀਅਤ ਹੁੰਦੀ ਹੈ
न्यूयॉर्क सिख डे परेड ईस्ट कोस्ट की जड़ी है ये एक्सकलूसिव खालिस्तानी परेड है पर सिएटल दे विच खालसा साजना दिवस परेड होए जां हुण मीरी पीरी दिवस होए इस दे विच होर भी प्रोफेशनल टिंज हुंदा है क्योंकि उन्होंने इस परेड तो पहला दीवान सजाण दे लई जां जिथे बाहर वड्डी गिणती दे विच स्टॉल लगे हुंदे ने कोई किताबां दा है कोई हैल्थ नाल रिलेटेड है कोई लंगर है कोई अड्ड किस्म दे खाने ने और ये जड़ा उन्हों का होंगे शोवेयर सेंटर है। शोवेयर सेंटर बहुत वड्डा ये जड़ा है आइस हॉकी का उन्हों का इनडोर जड़ा हाउस है और जाहिर है कि ये जड़िया बुकिंग्स ने लगभग साल पहला हो जाती हैं और इस बार भी उन्होंने सैटरडे का दिन नहीं सी मिले संडे का मिले बहुत वड्डे खर्चे वाला प्रोजेक्ट होंगे पर अंदर जिस किस्म का रॉयल हॉल होंगे और जिमें उसकी फिर डेकोरेशन और गुरु ग्रंथ साहब की आन शान होंगी है वो अपने आप च जिसन कहते हैं कि भी कहबे को शोभा नहीं देखा ही परवान सो वड्डे पैमाने दे विच अंदर सिख संगत भी हजारां दी गिणती च बैठ सकती है और इस वार खास तौर पर क्योंकि जो असी अमरीका च देख रहे हैं और कैनेडा च भी दूसरियां थावां ते भी एक वायलेंस का ट्रेंड है चार चफेरे कोविड चो बीमार लोग निकले मेंटली कितने स्कूलों फायरिंग हो रही है कितने मार्केट च हुंदी है ईवन ब्रिटिश कोलंबिया कैनेडा च भी उस दिन ही किसी सिर फिरे ने जो होमलैस लोग कट्ठे करके उन्होंने जोड़ा है गोलियां का निशाना बनाया दूसरिया थावां ते भी देख रहे और क्योंकि एक स्पोर्ट्स स्टेडियम वांग इसकी सैटिंग होंगी है सो इतने मैटल डिटेक्टर्स जोड़े ने वो मस्ट सी और उन्होंने पूरी टीम जी है वो मैटल डिटेक्टर्स और अंदर भी और बाहर भी जो सिक्योरिटी का पूरा प्रबंध से हज़ारों की गिणती सिख संगत ने शमूलीयत की उसका असं जिक्र करा सो ये एक वड्डा कारण से क्योंकि असी सैटरडे का दिन कम्युनिटी के नाल मिलना चाहते सी वन टू वन भी मिलने वाले का जोड़ा है वो पूरा भरमार रही और पर फ्राइडे शाम जो असी लेट आवर्स के पहुँचे तो एयरपोर्ट के उत्ते सानू वेलकम करन दे लई वीर गुरदेव सिंह मान सतपाल सिंह पुरेवाल तनवीर सिंह ये बुके लैके पहुँचे हुए सन हालां बेशक हुण जिहड़ा बहुत कुछ बदलिया इन्हां 30-35 साल असी बड़ी रॉयल वेलकम भी देखी हुई है पर फिर भी साडे लई इन्ने वक्त बाद जाना और जिवें प्यार दे नाल उन्होंने जिहड़ा वेलकम कीता है साडे नाल जिहड़ा असी उसदे लई उन्हां दे शुक्रगुजार भी हैं और इस बार साडा रहण दा प्रबंध पहली हालां मिलदे तां रहे ने सिंह वीर कुलविंदर सिंह जिन्हां वल्लों अज दा प्रोग्राम भी स्पोंसर किया गया उन्हां दे गृह विखे सी और जिवें समुचे परिवार ने दो दिन पूरी खिदमत की सेवा की उन्होंने क्योंकि कला यह नहीं होंगे भी सानू एंटरटेन करना है फिर सवेर तो शाम तक मिलने वाले घर ही आते हैं उन्होंने लंगर भी तैयार हो रहा है चाह भी हर घंटे बाद बन रही है सो असी इस प्लेटफॉर्म राही उन्होंने शुक्रिया भी अदा करते हैं और सैटरडे शाम की गैदरिंग लोकल साडे वीर ने जिन्हें वीर गुरदेव सिंह मान सतपाल सिंह परेवाल जसविंदर सिंह पन्नू उन्होंने एक लोकल रेस्टोरेंट के रखी हुई सी जाहिर है TV84 नाल संबंधित भी असी गलबात करनी होंगी है प्लस बाकी भी जो इशू चल रहे हैं और जो सरी दे विच रिपदमन सिंह मलक का कतल जो इंडियन एजेंसियां ने करवाया उसनू लैके क्योंकि ब्रिटिश कोलंबिया बिल्कुल वाशिंगटन स्टेट के नाल लगता है सूबा उसका प्रभाव देखा जा सकता और इस मौके के उत्ते सरी तो भी विशेष तौर पर पंजाब गार्डियन अखबार जिहड़े रन करते हैं वीर हरकीरत सिंह कमलजीत सिंह और अगले दिन पाला सिंह और ने भी उन्होंने ज्वाइन किया वो भी आए हुए सन और बाकी भी आवाजाही रही उत्थे भी क्योंकि कोविड तो बाद इन्ना इन्ने ज़्यादा हुण विआह ने हुण तो सारे सत्तों दिन विआह हुंदे ने और सैटरडे होने करके कई तीन या चार समागम आडर थावां ते सी और जिवें मैं कहा कि वड्डी एक सिख कम्युनिटी 40,000 तो ज़्यादा सिएटल दे विच वसदी है लेकिन ये बावजूद जिन्हों भी ये मैसेज मिलिया कि असी शहर च आए हुए हैं वो स्पैशली मिलन दे लई आए कुछ थोड़ी थोड़ी देर बाद मिल के चले जाते रहे और कुछ ग्रुप जिहड़े नाल खास तौर पर सिख फॉर जस्टिस की पूरी टीम जिहड़ी कि परेड के शमूलीयत लई आई सी वो भी चेचा जिहड़े है उत्थे मिलन दे लई आए
और खासियत जिथे विचारां तो हुंदियां ही ने और सारे साडे सिख कमेटी दे अड अड गुरद्वारियां नाल संबंधित और ऑर्गेनाइजेशन नाल संबंधित वीर पैणा भी मिल रहे सी उत्थे। खास तौर पर पहली बार साडे दो पाकिस्तानी भरा खास जिहड़े सिएटल दे विच जिन्हां दा एक अपना खास रुतबा खालिद नज़ीर और चौधरी नदीम जिन्होंने इंट्रोडक्शन च ही कहा जे कि साढ़े तो वडेरे साड़ी दादी और दादा और सारिया ने भी असी तो अमृतसरीए चौधरी वजदे हैं लाहौर च बैठे आके और जिन्ना मुहब्बत का इजहार इन्हों दोनों वीर ने किया और चौधरी नदीम इन्हों का अपना बड़े सक्सैसफुल कारोबारी ने और सिखा नाल बहुत मुहब्बत करते हैं और उन्होंने घर ही जदों पिछले समय च जनाब इमरान खान साहब की सिस्टर उत्थे आए हुए सन उन्होंने कोल और उत्थे सिख कमेटी ने उन्होंने वेलकम भी किया सी और करतारपुर साहब कोरीडोर के लिए खास तौर पर उस तो बाद की गल ही है उदो जो कोविड की शुरुआत नहीं सी हुई सो पहली बार इन दोनों ही वीर मिलने का मौका मिले और ज्यों ही ये आए फिर सारी डिस्कशन ही पाकिस्तान दे विच संबंधित गुरद्वारे साहबान और उन्हां दी यात्रा जां उत्थे नाल संबंधित समस्यावां इन्हां दे उत्ते हुई और इन्ना क क्योंकि चाहुंदे सी कि साडे लई ओह स्पैशल डिनर पाकिस्तानी कमेटी वल्लों भी ऑनर करना चाहुंदे सी पर क्योंकि अगले दिन परेड सी और फिर संडे नाइट ही असी फ्लाईबैक करना सी लेकिन मैं ये देखदा हां कि जदों असी मेहमान नवाजी देखदे हां उन्होंने फिर फाइनली किवें ये उन्होंने मन च आया उन्होंने कहा कि जी अज का जरा सारा खाने नाल संबंध जिन्हें भी है उसकी सेवा असी करांगे और इन्नी जोर जो प्यार का जोर होंगे और साडे लोकल प्रबंधक भी जड़े ने वो प्यार भरे शुकराने सी और असी इन्हों दोनों वीर का भी और ज्यों ज्यों असी गलबात कर रहे हैं दर्शकों ने पिक्चर्स भी देखिया होणगियां असी उन्हों का क्योंकि साडे और खुशी की गल सी कि मैं बहुत बार जो थानू एहसास होंगे कि चौधरी नदीम कहन लगे पहला तो कई बार जिन्होंने टीवी स्क्रीन पर देखा होंगे डिफरेंट होंगे जो टीवी 84 का जिक्र होया तो आके घुट के मिले कहना जी मैं तो रेगूलर फॉलो करद देखद और असी आने वाले पीरियड के देखते हैं कि किमें इन्हों साझा होर भी अगों मजबूत किया जा सकता है और उन्होंने इंट्रोडक्शन क्योंकि वे सिख ग्रुप न भी हुई जिन्हें गुरुद्वारों के प्रबंधक और जथेबंदियों के वीर भी शामिल सी सो आने वाले पीरियड असी देखा कि कोई ना कोई साझा जो समागम भी सिएटल ऑर्गेनाइज किया जा सके और जिमें मैं परेड का इनिशियल पार्ट तो दिता ही है उन्होंने फॉरमैट यह होंगे भी सवेरे आलमोस्ट 9 बजे दीवान की शुरुआत हो जाती है उस सेंटर के शोवेयर सेंटर और उस तो बाद लगभग 2 बजे तक 3-4-5 घंटे ये दीवान चलता है जिस दे विच गुरबाणी कीर्तन और ढाडी रागी और स्पीचिज़ हुंदियां ने उहदे च भी साडी प्रेजेंटेशन लगभग 1/2 घंटे दे लगभग सी और इस नूं जिवें टीवी 84 दी टीम ने लाइव कवर किया और दर्शकों वालों सराहाया भी गया और बाकी भी खास तौर पर सिख फॉर जस्टिस के जेडे वीर थाणा सिंह जिन्होंने प्यार दे नाल कहा जाता है उन्हां दी प्रेजेंटेशन भी और जो असी देखते हैं भी खालिस्तान जिंदाबाद रेवरबरेट करता है जां फजा दे विच गूंजदा है तो सो इकला यही नहीं कि दीवान हॉल के अंदर सी जदों परेड शुरू हुई बड़ी रीझ दे नाल गुरु ग्रंथ साहिब का फ्लोट सजाया गया सी और उस दे पिछे अड अड फ्लोट्स और खास तौर पर जरा कौमी आज़ादी की गल खालिस्तान की गल जरा फ्लोट शहीद सिंह तस्वीर सन चार चफेरे और बड़े जोशो खरोश के नाल जड़े नौजवान उस दे पिछे मार्च कर रहे सी सिख्स फॉर जस्टिस दे एक्टिविस्ट भी और दूसरे सारे भी और रेफरेंडम 2020 नू लैके क्योंकि हुण ऑलरेडी इस तो बाद इटली तो बाद कैनेडा दे विच इसकी शुरुआत होनी है फिर अमेरिका तक इसका अड अड उन्होंने आने वाले महीनों च अनाउंस करना है सो ये अपने आप दे विच जिहड़ा एक बड़ा चढ़दी कला वाला माहौल सी और जिहड़ी यंगर जनरेशन है उन्हां दे विच जिन्नी दिलचस्पी जिन्नी उन्हां दे विच इस वेले एक चढ़त वाला माहौल देखा जा सकता है
ਹਾਲਾਂ ਸੀਐਟਲ ਸ਼ੁਰੂ ਤੋਂ ਹੀ ਜਦੋਂ ਅਸੀਂ ਪਹਿਲੀ ਵਾਰ 1991 ਦੇ ਵਿੱਚ ਸੀਐਟਲ ਗਏ ਕਿਉਂਕਿ ਸੀਐਟਲ ਜਿਹੜਾ ਗੇਟ ਵੀ ਹੈ ਟੂਵਰਡਸ ਸਰੀ ਉੱਥੋਂ ਕੈਨੇਡਾ ਦਾ ਪ੍ਰਮੁੱਖ ਸ਼ਹਿਰ ਸਰੀ ਲਗਭਗ 2.5 ਘੰਟੇ ਦੀ ਡਰਾਈਵ ਹੈ ਸੋ ਮੋਸਟਲੀ ਮੇਰਾ ਸੀਐਟਲ ਰੁਕ ਕੇ ਹੀ ਫਿਰ ਉੱਥੋਂ ਡਰਾਈਵ ਕਰਕੇ ਅੱਗੇ ਜਾਣ ਦਾ ਹੁੰਦਾ ਸੀ ਔਰ ਹੁਣ ਵੀ ਉਹ ਸੀਐਟਲ ਦੀ ਬਿਸ਼ਾਕੂ ਜਨਰੇਸ਼ਨ ਜਿਹੜੀ 90-91 ਦੀ ਦੇ ਵਿੱਚ ਸਾਡੇ ਵਾਂਗ ਜਵਾਨ ਸੀ ਹੁਣ ਉਹ ਬੁਢਾਪੇ ਦੀਆਂ ਦਹਿਲੀਜ਼ਾਂ 'ਤੇ ਪਹੁੰਚ ਗਈ ਹੈ ਲੇਕਿਨ ਉਹਨਾਂ ਦੇ ਅੱਗੋਂ ਵੀ ਐਕਟਿਵਿਸਟ ਜਿਹੜੇ ਨੇ ਯੰਗਰ ਪਲੱਸ ਜਿਹੜਾ ਆਲਰੇਡੀ ਗੁਰਦੁਆਰਿਆਂ ਦਾ ਮਾਹੌਲ ਹੈ ਉੱਥੇ ਦੂਸਰਾ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਔਰ ਗੁਰਦੁਆਰਾ ਸ਼ਾਇਦ ਸੱਚਾ ਦਰਬਾਰ ਜਾਂ ਕੁਛ ਇਸ ਕਿਸਮ ਦਾ ਉਸਦਾ ਨਾਂ ਹੈ ਤੀਸਰੇ ਸੱਚਾ ਦਰਬਾਰ ਹੀ ਹੈ ਸ਼ਾਇਦ ਉਹਨਾਂ ਸਾਰਿਆਂ ਦੇ ਪ੍ਰਬੰਧਕ ਵੀ ਕਿਉਂਕਿ ਪੰਥਕ ਭਾਵਨਾ ਵਾਲੇ ਨੇ ਔਰ ਖਾਸ ਤੌਰ 'ਤੇ ਖਾਲਸਾ ਸਕੂਲ ਜਿਹੜਾ ਇੱਕ ਸੈਪਰੇਟਲੀ ਪਹਿਲਾਂ ਤਾਂ ਇਹ ਸਾਰੇ ਸਿੰਘ ਸਭਾ ਰੈਂਟਨ ਦਾ ਹਿੱਸਾ ਹੀ ਸਨ ਉਹਨਾਂ ਦੇ ਵਿੱਚ ਵੀ ਜਿਵੇਂ ਬੱਚਿਆਂ ਨੂੰ ਟ੍ਰੇਨਡ ਕੀਤਾ ਗਿਆ ਗੁਰਬਾਣੀ ਕੀਰਤਨ ਦੇ ਨਾਲ ਨਾਲ ਖਾਲਿਸਤਾਨ ਕੌਮੀ ਘਰ ਆਜ਼ਾਦੀ ਦੇ ਲਈ ਵੀ ਜਿਹੜੇ ਖਾਸ ਤੌਰ 'ਤੇ ਉਹਨਾਂ ਦੇ ਪ੍ਰਬੰਧਕ ਟੀਚਰ ਸਾਰੇ ਨੇ ਉਹ ਸਾਰੇ ਇਸ ਪਾਸੇ ਨਾਲ ਆਪਣਾ ਇਸ਼ਕ ਰੱਖਦੇ ਨੇ ਸੋ ਇਹ ਕਈ ਵਾਰ ਬੇਸ਼ੱਕ ਜਦੋਂ ਕੋਈ ਅਡਰਾਪਨ ਵੀ ਹੁੰਦਾ ਹੈ ਉਹ ਦੁਖਦਾਈ ਲੱਗਦਾ ਕਿ ਭਾਈ ਕਿਉਂ ਹੋਇਆ ਪਰ ਬੇਸ਼ੱਕ ਸੈਂਟਰ ਅੱਡ ਅੱਡ ਵੀ ਹੋਣ ਕੋਈ ਕ੍ਰੋਸ ਪਰਪਸਿਸ 'ਤੇ ਕੰਮ ਨਾ ਕਰ ਰਿਹਾ ਹੋਏ ਕੋਈ ਇੱਕ ਦੂਸਰੇ ਨੂੰ ਠਿੱਬੀ ਲਾਉਣ ਦੀ ਕੋਸ਼ਿਸ਼ ਨਾ ਕਰੇ ਔਰ ਪੰਥਕ ਆਜ਼ਾਦੀ ਦੀ ਗੱਲ ਉਸ ਸਾਰੇ 'ਚੋਂ ਨਿਕਲੇ ਇਹੀ ਸਾਡੇ ਲਈ ਜਿਹੜਾ ਖੁਸ਼ੀ ਦੀ ਗੱਲ ਹੁੰਦੀ ਹੈ ਸੋ ਸੀਐਟਲ 'ਚ ਜਿਹੜਾ ਮਾਹੌਲ ਹੈ ਉੱਥੇ ਹੁਣ ਕੋਈ ਗੁਰਦੁਆਰਿਆਂ 'ਚ ਇਹ ਝਗੜਾ ਜਾਂ ਰੌਲਾ ਨਹੀਂ ਹੁੰਦਾ ਜੀ ਕਿੱਥੇ ਤੁਸੀਂ ਖਾਲਿਸਤਾਨ ਦੀ ਗੱਲ ਕਰ ਸਕਦੇ ਹੋ ਕਿੱਥੇ ਨਹੀਂ ਕਰ ਸਕਦੇ ਔਰ ਵੈਸਟ ਕੋਸਟ 'ਤੇ ਜਿੱਥੇ ਅਸੀਂ ਦੇਖਦੇ ਹਾਂ ਕਿ ਜਿਵੇਂ ਸੈਨ ਫਰਾਂਸਿਸਕੋ ਦੇ ਵਿੱਚ ਜੂਨ ਦਾ ਪਹਿਲਾ ਹਫ਼ਤਾ ਹੁਣ ਜਿਹੜਾ ਫਰੀਡਮ ਮਾਰਚ ਜਾਂ ਸਿੱਖ ਸੋਵਰਨਟੀ ਪੈਰੇਡ ਸੈਨ ਫਰਾਂਸਿਸਕੋ 'ਚ ਇਹ ਇੱਕ ਲੈਂਡਮਾਰਕ ਬਣ ਗਿਆ ਉਸ ਸਾਰੇ ਬੇ ਏਰੀਏ ਦੀਆਂ ਸਿੱਖ ਸੰਗਤਾਂ ਦੀ ਕੌਮੀ ਆਜ਼ਾਦੀ ਵੱਲ ਪੇਸ਼ਕਦਮੀ ਉੱਥੇ ਹੀ ਜੇ ਅਸੀਂ ਈਸਟ ਕੋਸਟ ਦੀ ਗੱਲ ਨਿਊਯਾਰਕ ਦੇ ਹਵਾਲੇ ਨਾਲ ਕਰਦੇ ਹਾਂ ਜਾਂ ਵਾਸ਼ਿੰਗਟਨ ਡੀ ਸੀ 'ਚ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਵੱਲੋਂ ਅਪ੍ਰੈਲ ਦੇ ਪਹਿਲੇ ਹਫ਼ਤੇ ਇਸ ਵਾਰ 9 ਅਪ੍ਰੈਲ ਨੂੰ ਸੀ ਜਿਹੜਾ ਉਹ ਵੀ ਜਿਹੜਾ ਫਰੀਡਮ ਮਾਰਚ ਹੈ ਸਿੱਖ ਡੇ ਪੈਰੇਡ ਵਾਸ਼ਿੰਗਟਨ 'ਚ ਕੈਪੀਟਲ ਹਿੱਲ ਦੇ ਉੱਤੇ ਕਿਉਂਕਿ ਵਾਸ਼ਿੰਗਟਨ ਡੀ ਸੀ ਦੀ ਆਪਣੀ ਅਹਿਮੀਅਤ ਹੈ ਔਰ ਇਹ ਵੀ ਇਸ ਵਾਰ ਜਿਵੇਂ ਬੜੀ ਚੜ੍ਹਦੀ ਕਲਾ ਦੇ ਵਿੱਚ ਹੋਈ ਪੂਰੀ ਖਾਲਿਸਤਾਨ ਦੀ ਗੱਲ ਸੀ ਔਰ ਇਸ ਵਰੇ ਜਿਵੇਂ ਅਸੀਂ 2022 ਦੀ ਗੱਲ ਕਰਦੇ ਹਾਂ ਭਾਵੇਂ ਅਜੇ ਅਸੀਂ ਸਾਲ ਦੇ ਅੱਧ ਤੱਕ ਪਹੁੰਚੇ ਹਾਂ ਪਰ ਸਟੇਟ ਆਫ ਕਨੈਟੀਕਟ ਵੱਲੋਂ ਉਹਨਾਂ ਦੀ ਸਟੇਟ ਅਸੈਂਬਲੀ ਵੱਲੋਂ ਖਾਲਿਸਤਾਨ ਡੈਕਲਾਰੇਸ਼ਨ ਦੀ ਪ੍ਰੋਕਲੈਮੇਸ਼ਨ ਇਹ ਆਪਣੇ ਆਪ 'ਚ ਬਹੁਤ ਵੱਡੀ ਪ੍ਰਾਪਤੀ ਔਰ ਮੈਸਾਚਿਊਸਟਸ ਦੇ 2-3 ਸ਼ਹਿਰਾਂ ਵੱਲੋਂ ਔਰ ਕਨੈਟੀਕਟ ਦੇ ਜਿਹੜਾ ਮੇਨ ਨੌਰਵਿਚ ਸਿਟੀ ਵੱਲੋਂ ਖਾਲਿਸਤਾਨ ਡੇ ਦੀ ਰੈਕਗਨੇਸ਼ਨ ਸੋ ਇਹ ਸਾਰੇ ਹੀ ਔਰ ਜਿਵੇਂ ਇਹ ਵੀ ਹਾਲਾਂ ਮੈਂ ਸੰਡੇ ਇੱਥੇ ਨਹੀਂ ਸੀ ਸਿੱਖ ਯੂਥ ਆਫ ਅਮੈਰੀਕਾ ਦੇ ਐਕਟੀਵਿਸਟ ਦੀ ਕਾਲ ਵੀ ਗਈ ਭਾਈ ਦਲਜੀਤ ਸਿੰਘ ਖਾਲਸਾ ਜਿਨ੍ਹਾਂ ਦੀ ਅਜੋਕੇ ਸਿੱਖ ਸੰਘਰਸ਼ ਦੇ ਉੱਤੇ ਲਿਖੀ ਪੁਸਤਕ ਜਿਸ ਨੂੰ ਕਾਫੀ ਅੱਛੇ ਰਿਵਿਊ ਵੀ ਮਿਲੇ ਨੇ ਸਾਰੇ ਪਾਸਿਓਂ ਔਰ ਦੁਨੀਆ ਭਰ ਦੇ ਸਿੱਖ ਹਲਕਿਆਂ ਚਰਚਾ ਇਸ ਕਿਤਾਬ ਨੂੰ ਇਸ ਬੀਤੇ ਐਤਵਾਰ ਹੀ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਵਿਖੇ ਇੱਕ ਵੱਡੇ ਸਮਾਗਮ 'ਚ ਜਿਸ ਨੂੰ ਭਾਈ ਦਲਜੀਤ ਸਿੰਘ ਹੋਰਾਂ ਨੇ ਵੀਡੀਓ ਦੇ ਰਾਹੀਂ ਜਿਹੜਾ ਸੰਬੋਧਨ ਵੀ ਕੀਤਾ ਉਹ ਰਿਲੀਜ਼ ਹੋਈ ਸੋ ਮੈਂ ਇਹ ਜਦੋਂ ਮੈਂ ਇਹ ਸਾਰੇ ਵੇਰਵੇ ਨੂੰ ਇੱਕ ਥਾਂ ਇਕੱਠਾ ਕਰਦਾ ਤਾਂ ਮੈਸੇਜ ਮੈਂ ਇਹੀ ਦੇਣਾ ਚਾਹੁੰਦਾ ਕਿ ਇਸ ਵੇਲੇ ਜੇ ਅਸੀਂ ਅਮਰੀਕਾ ਦੇ ਹਵਾਲੇ ਨਾਲ ਹੀ ਗੱਲ ਕਰੀਏ ਹਾਲਾਂਕਿ ਕੈਨੇਡਾ 'ਚ ਵੀ ਇਹੀ ਐਕਟੀਵਿਟੀ ਹੈ ਔਰ ਆਸਟ੍ਰੇਲੀਆ ਜਿਨ੍ਹਾਂ ਦੇ ਵੀਰਾਂ ਨਾਲ ਮੇਰਾ ਲਗਾਤਾਰ ਸੰਪਰਕ ਰਹਿੰਦਾ ਹੈ ਅੱਜ ਵੀ ਬੜੇ ਵੇਰਵੇ ਨਾਲ ਗੱਲਬਾਤ ਹੋਈ ਉਹਨਾਂ ਦੀਆਂ ਐਕਟੀਵਿਟੀਜ਼ ਵੀ ਜਿਵੇਂ ਮੈਂ ਅੱਗੇ ਕਿਹਾ ਸੀ ਕਿ ਜਿਉਂ ਜਿਉਂ ਗਿਣਤੀ ਵੱਧ ਰਹੀ ਹੈ ਔਰ ਖਾਸ ਤੌਰ 'ਤੇ ਪਿਛਲੇ ਵਰ੍ਹਿਆਂ ਦੇ ਵਿੱਚ ਜਿਹੜੇ ਯੰਗਸਟਰਸ ਸਟੱਡੀ ਦੇ ਲਈ ਆਸਟ੍ਰੇਲੀਆ ਔਰ ਕੈਨੇਡਾ 'ਚ ਵੱਡੀ ਗਿਣਤੀ 'ਚ ਆਏ ਨੇ ਕੈਨੇਡਾ 'ਚ ਤਾਂ ਆਲਰੇਡੀ ਕਿਉਂਕਿ ਪੁਰਾਣੀਆਂ ਜਥੇਬੰਦੀਆਂ ਫੈਡਰੇਸ਼ਨ ਔਰ ਵਰਲਡ ਸਿੱਖ ਔਰਗਨਾਈਜੇਸ਼ਨ ਔਰ ਦੂਸਰੀਆਂ ਜਥੇਬੰਦੀਆਂ ਦੀ ਆਪਣੀ ਹੋਂਦ 80s ਤੋਂ ਹੀ ਸੀ ਇਸ ਲਈ ਨਵੇਂ ਆਏ ਯੰਗਸਟਰਸ ਜਿਹੜੇ ਨੇ ਉਹ ਭਾਵੇਂ ਗੌਂਡ ਰੂਪ ਦੇ ਵਿੱਚ ਹੀ ਨਜ਼ਰ ਆਉਂਦੇ ਨੇ ਮੁੱਖ ਤੌਰ 'ਤੇ ਨਹੀਂ ਨੇ ਲੇਕਿਨ ਉਹ ਉਹਨਾਂ ਦੀ ਸਟਰੈਂਥ ਬਣੇ ਨੇ ਲੇਕਿਨ ਆਸਟ੍ਰੇਲੀਆ ਦੇ ਵਿੱਚ ਜਿਹੜੀ ਖਾਸ ਤੌਰ ਦੇ ਉੱਤੇ ਪੇਸ਼ਕਦਮੀ ਹੈ ਉਹ ਸਾਡੇ ਨਵੇਂ ਆਏ ਯੰਗਸਟਰਸ ਦਾ ਸਟੂਡੈਂਟਸ ਵੀ ਔਰ ਜਿਹੜੇ ਪ੍ਰੋਫੈਸ਼ਨਲਸ ਵੀ IT ਸੈਕਟਰ 'ਚ ਆਏ ਨੇ
ਉਹਨਾਂ ਦਾ ਰੋਲ ਗੌਣ ਰੂਪ 'ਚ ਨਹੀਂ ਹੈ, ਮੁੱਖ ਰੂਪ 'ਚ ਹੈ। ਔਰ ਉਹਨਾਂ ਦੀ ਐਕਟੀਵਿਟੀ ਜਿਹੜੇ ਪਿਛਲੇ ਪੀਰੀਅਡ ਦੇ ਵਿੱਚ ਵੀ ਹੋਈ, ਉਸ ਨੇ ਭਾਰਤੀ ਹਾਕਮਾਂ ਨੂੰ ਵੀ ਔਰ ਉਹਨਾਂ ਦੇ ਦੁਮਛੱਲੇ ਜਿਹੜੇ ਨੇ ਉਹਨਾਂ ਨੂੰ ਵੀ ਵਕਤ ਪਾਇਆ ਹੋਇਆ। ਔਰ ਜਿਵੇਂ ਉਹਨਾਂ ਨੇ ਹੁਣ ਦੋ ਕੌਂਸਲ ਜਨਰਲ ਜਿਹੜੇ ਨੇ ਉਹ ਸਿੱਖ ਨਾਵਾਂ ਵਾਲੇ ਜਾਂ ਇਹ ਦੱਸਣ ਲਈ ਜਿਹੜੇ ਕਿ ਕਮਿਟੀ ਦੇ ਵਿੱਚ ਈਜ਼ੀਲੀ ਇਨਫਿਲਟ੍ਰੇਟ ਕਰ ਸਕਦੇ ਨੇ, ਕਰਵਾ ਸਕਦੇ ਨੇ, ਉਹਨਾਂ ਨੂੰ ਲਾਇਆ ਹੋਇਆ। ਔਰ ਜਿਹੜੀ ਵੀ ਕੋਈ ਐਕਟੀਵਿਟੀ ਹੈ ਗੁਰਦੁਆਰਿਆਂ ਦੇ ਉੱਤੇ ਵੀ ਉਹ ਇੰਨਾ ਕੁ ਦਬਾਅ ਬਣਾ ਕੇ ਰੱਖਦੇ ਨੇ ਕਿ ਜੇ ਪਿਛਲੇ ਦਿਨਾਂ ਦੇ ਵਿੱਚ ਘੱਲੂਘਰ ਹਫ਼ਤੇ ਨਾਲ ਸੰਬੰਧਿਤ ਦੀਵਾਨਾਂ ਦੇ ਮੌਕੇ ਜਿਹੜਾ ਉਹ ਕੀਰਤਨ ਦਰਬਾਰ ਜਾਂ ਦੂਸਰੇ ਮੌਕੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗੇ ਅਤੇ ਕਮੇਟੀਆਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ। ਪਰ ਇਹ ਇਵੇਂ ਹੀ ਰਹੇਗਾ, ਇਹ ਕੋਈ ਅੱਜ ਦੀ ਗੱਲ ਨਹੀਂ ਹੈ। ਜੇ ਅਸੀਂ ਅੰਗਰੇਜ਼ਾਂ ਦੇ ਰਾਜ ਦੇ ਜ਼ਮਾਨੇ 'ਚ ਇੱਕ ਪਾਸੇ ਆਜ਼ਾਦੀ ਪਸੰਦ ਸਿੱਖ ਸੀ, ਇੱਕ ਪਾਸੇ ਉਹ ਜਿਹੜੇ ਹਕੂਮਤ ਦੇ ਰਾਏ ਬਹਾਦਰ, ਸਰਦਾਰ ਬਹਾਦਰ, ਖਾਨ ਬਹਾਦਰ ਸੀ, ਹੁਣ ਇੱਕ ਪਾਸੇ ਸ਼ਹੀਦ ਭਗਤ ਸਿੰਘ ਨੂੰ ਲੈ ਕੇ ਅੱਜ ਵੀ ਡਿਬੇਟ ਚੱਲ ਰਹੀ ਹੈ, ਭਾਵੇਂ ਉਹ ਇੱਕ ਗਲਤ ਡਾਇਰੈਕਸ਼ਨ 'ਚ ਉਸ ਡਿਬੇਟ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਭਗਤ ਸਿੰਘ ਦੇ ਪਿਤਾ ਜਿਹੜੇ ਨੇ ਉਸ ਤੋਂ ਬਾਅਦ 35-36 ਦੇ ਵਿੱਚ ਜਿਹੜੀਆਂ ਹੋਈਆਂ ਇਲੈਕਸ਼ਨਾਂ ਸੀ ਉਹਦੇ ਵਿੱਚ ਉਮੀਦਵਾਰ ਸੀ, ਜਾਂ ਜਿਹੜੇ ਬਹੁਤ ਸਾਰੇ ਇੱਕ ਪਾਸੇ ਅਕਾਲੀ ਔਰ ਬੱਬਰ ਅਕਾਲੀ ਲਹਿਰ ਵਾਲੇ ਸੀ ਜਿਨ੍ਹਾਂ ਨੇ ਜਾਨਾਂ ਤਲੀ 'ਤੇ ਰੱਖੀਆਂ ਹੋਈਆਂ ਸੀ, ਦੂਸਰੇ ਪਾਸੇ ਉਹਨਾਂ ਦੇ ਕਲੋਜ਼ ਰਿਸ਼ਤੇਦਾਰ ਜਿਹੜੇ ਨੇ ਉਹ ਇਨਾਮ ਦੇ ਵਿੱਚ ਅੰਗਰੇਜ਼ਾਂ ਤੋਂ ਮੁਰੱਬੇ ਲੈ ਰਹੇ ਸੀ ਇੱਕ ਪਾ। ਔਰ ਇਹ ਹਮੇਸ਼ਾ ਹੁੰਦਾ ਹੈ, ਇਸ ਗੱਲ ਦਾ ਧਿਆਨ ਰਹੇ। ਕੁਛ ਸਾਡੇ ਵੀਰ ਕਈ ਵਾਰ ਨਿਰਾਸ਼ ਹੁੰਦੇ ਨੇ ਕਿ ਜੀ ਦੇਖੋ ਕੌਮ ਦੀ ਆਜ਼ਾਦੀ ਦੀ ਗੱਲ ਹੈ, ਸਿੱਖਾਂ ਦਾ ਇੱਕ ਵੱਡਾ ਹਿੱਸਾ ਜਿਹੜਾ ਉਹ ਕਿਉਂ ਵਿਰੋਧ ਕਰ ਰਿਹਾ। ਮੈਂ ਕਿਹਾ ਜੀ ਇਹ ਸਾਨੂੰ ਮੰਨ ਕੇ ਤੁਰਨਾ ਪਏਗਾ ਕਿ ਜਦੋਂ ਤੁਸੀਂ ਸਰਕਾਰਾਂ ਦੇ ਨਾਲ ਟੱਕਰ ਲੈਣੀ ਹੈ, ਹਕੂਮਤਾਂ ਨੂੰ ਚੈਲੰਜ ਕਰਨਾ, ਅਤੇ ਫਿਰ ਇਹ ਗੁਰੂ ਦੇ ਵਰਸਾਏ ਹੋਏ ਜਿਹੜੇ ਸਿੰਘ ਸਿੰਘਣੀਆਂ ਨੇ ਉਹਨਾਂ ਦੇ ਸਿਰ ਦੇ ਉੱਤੇ ਹੀ ਜਿਹੜਾ ਇਹ ਗੁਰੂ ਦੀ ਮਿਹਰ ਹੁੰਦੀ ਹੈ, ਵਰਸਾਏ ਜਾਂਦੇ ਨੇ ਕਿ ਉਹ ਇਸ ਗੌਂਟਲੈਟ ਨੂੰ ਪਿੱਕ ਕਰਦੇ ਨੇ, ਇਸ ਚੈਲੰਜ ਨੂੰ ਪਿੱਕ ਕਰਦੇ ਨੇ। ਸੋ ਘਬਰਾਉਣ ਦੀ ਲੋੜ ਨਹੀਂ ਹੈ, ਉਹਨਾਂ ਨੂੰ ਇਸ ਕਿਸਮ ਦੇ ਜਿਹੜੇ ਨੇ ਉਹਨਾਂ ਦੇ ਪ੍ਰਤੀ ਕੋਈ ਵੈਰ ਭਾਵ ਜਾਂ ਈਰਖਾ ਭਾਵ ਜਾਂ ਗੁੱਸਾ ਭਾਵ ਰੱਖਣ ਦੀ ਲੋੜ ਵੀ ਨਹੀਂ ਹੈ। ਕੋਸ਼ਿਸ਼ ਕਰੋ, ਉਹਨਾਂ 'ਚੋਂ ਇੱਕ ਤਬਕਾ ਹੋਇਆ ਜਿਹੜਾ ਡਰ ਕਰਕੇ ਬੋਲਣਾ ਨਹੀਂ ਚਾਹੁੰਦਾ, ਉਹਨਾਂ ਨੂੰ ਵੀ ਰਸਤਾ ਦੇ ਦਿਓ, ਹਰ ਇੱਕ ਨੂੰ ਕੰਧ ਨਾਲ ਨਾ ਲਾਇਆ ਜਾਏ। ਲੇਕਿਨ ਇੱਕ ਕਲਾਸ ਜਿਹੜੀ ਬਿਲਕੁਲ ਵਿਕੇ ਹੋਏ ਨੇ ਉਹਨਾਂ ਦਾ ਲਿਹਾਜ਼ ਨਹੀਂ ਕਰਨਾ ਚਾਹੀਦਾ। ਬਾਕੀ ਮੈਜੋਰਿਟੀ ਮੈਂ ਸਮਝਦਾ ਵੀ ਸਿੱਖ ਕੌਮ ਜਿਹੜਾ ਵੀ ਅਰਦਾਸ ਖਲੋਂਦਾ ਅਤੇ ਅਰਦਾਸ ਜਦੋਂ ਪੜ੍ਹਿਆ ਜਾ ਰਿਹਾ ਹੁੰਦਾ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਾ ਮਿਲੇਂਗੇ ਬੱਚੇ ਸ਼ਰਨ ਜੋ ਹੋਏ, ਉਹ ਵੀ ਰਾਜ ਕਰੇਗਾ ਖਾਲਸਾ ਤਾਂ ਪੜ੍ਹ ਹੀ ਰਹੇ ਹੁੰਦੇ ਨੇ। ਹੁਣ ਰਾਜ ਕਰੇਗਾ ਖਾਲਸਾ ਅਤੇ ਖਾਲਿਸਤਾਨ ਦੇ ਵਿੱਚ ਕੋਈ ਫਰਕ ਤਾਂ ਨਹੀਂ ਹੈ। ਔਰ ਜਿਵੇਂ ਮੈਂ ਅੱਗੇ ਇੱਕ ਵਾਰ ਵੀ ਇਹ ਜ਼ਿਕਰ ਵੀ ਕੀਤਾ ਸੀ ਕਿ ਭਾਈ ਅਮਰੀਕ ਸਿੰਘ ਮੁਕਤਸਰ ਜਿਹੜਾ ਨੇ ਕਾਫੀ ਕੰਮ ਕੀਤਾ ਹਿਊਮਨ ਰਾਈਟਸ ਦੇ ਮੁੱਦੇ 'ਤੇ, ਡੇਟਾ ਕਲੈਕਸ਼ਨ ਦੇ ਵਿੱਚ ਵੀ, ਹੁਣ ਉਹ ਕੈਨੇਡਾ 'ਚ ਨੇ ਪਰ ਇੱਥੇ ਆ ਕੇ ਇਨਐਕਟਿਵ ਹੋ ਗਏ, ਪਤਾ ਨਹੀਂ ਕੀ ਕਾਰਨ ਨੇ। ਲੇਕਿਨ ਉਹ ਜਦੋਂ ਇੱਥੇ ਆਏ ਇੱਕ ਵਾਰ ਤਾਂ ਜ਼ਿਕਰ ਚੱਲ ਰਿਹਾ ਡਿਸਕਸ਼ਨ 'ਚ ਬੈਠਿਆਂ, ਔਰ ਇੱਕ ਵੀਰ ਨੇ ਸ਼ਿਕਾਇਤ ਕੀਤੀ ਕਿ ਦੇਖੋ ਜੀ ਦਿੱਲੀ ਵਾਲੇ ਅਤੇ ਫਲਾਣੇ ਵਾਲੇ, ਬੰਬੇ ਵਾਲੇ ਔਰ ਦੂਜੇ ਉਹ ਜਿਹੜਾ ਗੱਲ ਨਹੀਂ ਕਰਦੇ, ਉਹਨਾਂ ਨੂੰ ਕਰੋ ਵੀ ਚੁੱਪ ਕਰ ਜਾਂਦੇ ਨੇ। ਤਾਂ ਉਹਨਾਂ ਨੇ ਬੜੇ ਸੰਜਮ ਦੇ ਵਿੱਚ ਕਿਹਾ, ਕਹਿੰਦੇ ਨਹੀਂ ਇਹ ਜਿਹੜੇ ਰਾਜਧਾਨੀਆਂ 'ਚ ਰਹਿੰਦੇ ਨੇ ਜਾਂ ਕਾਰੋਬਾਰੀ ਕਿਸਮ ਦੇ ਲੋਕ ਹੁੰਦੇ ਨੇ, ਉਹਨਾਂ ਨੇ ਕਾਰੋਬਾਰ ਵੀ ਕਰਨੇ ਹੁੰਦੇ ਨੇ, ਕਈ ਚੀਜ਼ਾਂ ਉਹ ਉਵੇਂ ਉਹਨਾਂ ਦਾ ਉਹ ਖਾਸਾ ਨਹੀਂ ਹੁੰਦਾ। ਪਰ ਕਹਿੰਦੇ ਵੀ ਕਦੇ ਤੁਸੀਂ ਦੇਖੋ ਵੀ ਸ਼ਾਮ ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਜਿਹੜਾ ਹੈ ਉਹ ਪ੍ਰਕਾਸ਼ ਤੋਂ ਬਾਅਦ ਸੁਖਾਸਨ ਲਈ ਜਾਂ ਸੰਤੋਖਣ ਲਈ ਲਿਜਾਇਆ ਜਾ ਰਿਹਾ ਹੁੰਦਾ, ਕਹਿੰਦੇ ਗਲ 'ਚ ਢੋਲਕੀ ਪਾ ਕੇ ਸਭ ਤੋਂ ਉੱਚਾ ਰਾਜ ਕਰੇਗਾ ਖਾਲਸਾ, ਰਾਜ ਕਰੇਗਾ ਖਾਲਸਾ, ਉਹ ਕਹਿ ਰਹੇ ਹੁੰਦੇ ਨੇ ਵੀ ਉਹਨਾਂ ਦੇ ਅੰਦਰ ਵੀ ਖਾਲਿਸਤਾਨ ਹੀ ਹੈ। ਸਿਰਫ ਇਹ ਹੈ ਵੀ ਉਹਨਾਂ ਨੂੰ ਜਿਹੜਾ ਉਹ ਆਪਣੇ ਕਾਰੋਬਾਰ ਜਾਂ ਕਈ ਹਾਲਤਾਂ ਦੇ ਵਿੱਚ ਉਹਨਾਂ ਦੀ ਜਿਹੜੀ ਇਸ ਨੂੰ ਤਰਬੀਅਤ ਕਹਿੰਦੇ ਨੇ ਉਹ ਉਸ ਕਿਸਮ ਦੀ ਨਹੀਂ। ਔਰ ਮੈਂ ਇਸ ਦੇ ਨਾਲ ਸਹਿਮਤ ਹੈ, ਹਾਂ ਇੱਕ ਕਲਾਸ ਹੁੰਦੀ ਹੈ ਉਹ ਮੈਂ 5% ਉਹਨਾਂ ਦੇ ਲਈ ਲਫ਼ਜ਼ ਰਜਿਸਟਰਡ ਬੇਈਮਾਨ ਕਹਿੰਦੇ ਵੀ ਉਹ ਰਜਿਸਟਰਡ ਬੇਈਮਾਨ ਹਮੇਸ਼ਾ ਹੀ ਰਹਿਣੇ ਨੇ। ਜਦੋਂ ਗੁਰੂ ਸਾਹਿਬਾਨ ਸਰੀਰਕ ਜਾਮਿਆਂ 'ਚ ਸਨ ਉਦੋਂ ਵੀ ਸਨ, ਅੱਜ ਵੀ ਨੇ, ਅਤੇ ਉਹਨਾਂ ਨੇ ਰਹਿਣਾ ਵੀ ਹੈ। ਉਹਨਾਂ ਦੇ ਲਈ ਜਦੋਂ ਅਸੀਂ ਇਹ ਅੰਮ੍ਰਿਤ ਛਕਾਉਣ ਵੇਲੇ ਦ੍ਰਿੜ ਕਰਵਾਇਆ ਜਾਂਦਾ ਹੈ ਕਿ ਭਾਈ ਮੀਣੇ ਮਸੰਦ ਰਾਮ ਰਾਈਏ ਧੀਰ ਮਲੀਏ ਇਹਨਾਂ ਦੇ ਨਾਲ ਨਹੀਂ ਵਰਤਣਾ, ਅਤੇ ਇਹ ਉਸ ਪੀਰੀਅਡ ਦੇ ਗੁਰੂ ਕਾਲ ਦੇ ਰਜਿਸਟਰਡ ਬੇਈਮਾਨ ਨੇ। ਨਾਲ ਨਾਲ ਤੁਹਾਨੂੰ ਅੰਗਰੇਜ਼ੀ ਕਾਲ ਦੇ ਵੀ ਮਿਲ ਜਾਣਗੇ ਅਤੇ ਅੱਜ ਦੇ ਕਾਲ ਦੇ ਵੀ ਜਿਹੜੇ ਨੇ ਇਹ ਵੀ ਨਾਲ ਨਾਲ ਰਹਿਣੇ ਨੇ। ਸੋ ਆਸਟ੍ਰੇਲੀਆ ਦੇ ਵਿੱਚ ਕਾਫੀ ਜੋਸ਼ੋ ਖਰੋਸ਼ ਹੈ, ਔਰ ਮੈਂ ਇਹ ਦੇਖਦਾ ਕਿ ਜਿਹੜੇ ਨੌਜਵਾਨ ਇਸ ਪਾਸੇ ਜੁੜੇ ਹੋਏ ਨੇ
वो काफ़ी विचारवान ने, बड़े लिखती पढ़ती भी जो कुछ है उस बारे वो उसकी जानकारी देंदे ने। और हुण भी 15 अगस्त का दिन, क्योंकि इतने भी कुछ प्लानिंग की जा रही है, भाई हिम्मत सिंह होरां दी कॉल आई सी न्यूयॉर्क वाशिंगटन और आस्ट्रेलिया दे विच भी, क्योंकि जिस नूं इस बार उन्होंने अपना 75वां साल जिहदा नाम मोदी एंड कंपनी ने, जिथे कि वो जहर वंड रहे ने, पर उहदा नाम ऐतकी उन्होंने रखिया कि आज़ादी का महा उत्सव, अमृत उत्सव, अमृत महाउत्सव। और जिथे एक पासे जहर फैला रहे हैं उसनू अमृत महाउत्सव कह रहे हैं। सो असी भी जिथे जिथे इन्हां दे जहर नू महा अमृत दा महोत्सव मनाणगे, इन्हां दी एम्बेसियां कौंसलेटां दे बाहर, जिवें खालिस्तान जिंदाबाद दियां गुंजारां सिएटल दियां सड़कां ते पईआं, उस वड्डे हॉल दे विच पईआं, इन्हां दी एम्बेसियां कौंसलेटां दे बाहर भी, भावें एंट्रियां ये बेसमेंट चो कराण के बैकडोर चो कराण के पुलिस तो डरदियां कॉर्डन ऑफ करा के पछे पिछे धक्क देण, पर इन्हां नूं सिंघां दे जकारियां दी आवाज़ जिहड़ी है अंदर बैठिया नूं भी जरूर सुनेगी। सो असी समूह सिएटल निवासी वीर भैणां इन्हां सारे दिनां च जिन्हां दी असी मेहमान नवाजी का आनंद माणिया, खास तौर पर वीर कुलविंदर सिंह और साडी समुची जिन्हों मैं TV84 की टीम ही कहांगा, वीर गुरदेव सिंह मान, सतपाल सिंह पुरेवाल, जसविंदर सिंह पन्नू, इन्हों का भी, और साडे वीर खालिद नज़ीर और चौधरी नदीम साहब, इन्हों सब का असी शुक्रिया अदा करते हैं जी। डॉक्टर साहब तो बहुत बहुत धन्यवाद। तुम अज्ते जोड़े अपना पहला भी इशू से उसके अपने विचार सर दर्शकों साझे किए हैं। सो इतने लेने ब्रेक, और ब्रेक से जाने तो पहले असं अपने दर्शकों के स्रोतों अपील की बेनती करती है व्यूअर्स, जिस तरह कि तुम जानते हो कि TV84 एक पंथक चैनल है, और TV84 की चढ़ती कला वो डोनेट करो। डोनेट करने लिए साड़ी वैबसाइट TV84.tv पर जाके पेपल की वरतों करके वन टाइम डोनेट कर सकते हो, मंथली डोनेट भी कर सकते हो। तुम TV84 के नाम से चैक बना के सूँ मेल भी कर सकते हो साढ़े इस पते 36-01-37 लॉन्गलैंड सिटी न्यूयॉर्क 11101 USA, या फिर सू फोन राय भी संपर्क कर सकते हो साढ़े फोन नंबर से 516-619-1984। तो सू ईमेल भी कर सकते हो info@tv84.tv पर। असं थोड़े तय दिल तो शुक्रगुजार होवे। सो इतने लेने ब्रेक व्यूअर्स, तो सू इसी तरह बने रहना। मिलते हैं छोटे जे ब्रेक तो बाद।